दुनिया विच कुछ कु शख्सियतां अजिहियां हुंदियां हन जो अपने कीते कम्मां करके समाज ते अमिट छाप छड्दियां हन। अजिही एक शख्सियत दा नाम है सरदार बलविंदर सिंह, जो कि बतौर BPEO जिला जलंधर दे तीन ब्लाकां शाहकोट 1-2 अते लोईयां खास विच अपनियां बेदाग सेवावां निभांदे होए अज मिति 30 सितंबर 2020 नूं सेवा मुक्त होए। उन्हां दी सेवा निवृत्ति ते अज ब्लाक शाहकोट 1 अते शाहकोट 2 दे समूह CST दफ्तरी स्टाफ अते अध्यापक साहिबानां वल्लों कोविड 19 ਨੂੰ ਮੱਦੇਨਜ਼ਰ ਰੱਖਦਿਆਂ ਇੱਕ ਸੰਖੇਪ ਜਿਹੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹ ਆਗੂਆਂ ਵੱਲੋਂ BPEO ਸਰਦਾਰ ਬਲਵਿੰਦਰ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਜਿਉਂਿਆਂ ਕਿਹਾ ਗਿਆ। ਉਪਰੰਤ ਕੁਝ ਬੁਲਾਰਿਆਂ ਵੱਲੋਂ ਉਹਨਾਂ ਦੇ ਕੰਮਾਂ ਉੱਪਰ ਚਾਨਣਾ ਪਾਇਆ ਗਿਆ ਅਤੇ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੀ 37 ਸਾਲ ਦੀ ਸੇਵਾ ਮਿਹਨਤ ਕਰਦਿਆਂ ਇਮਾਨਦਾਰੀ ਨਾਲ ਅਤੇ ਆਪਣੇ ਅਧਿਆਪਕ ਸਾਥੀਆਂ ਨਾਲ ਪ੍ਰੇਮ ਪਿਆਰ ਕਰਦਿਆਂ ਨਿਭਾਈ। ਆਪ ਜੀ ਦੇ ਸੇਵਾ ਕਾਲ ਦੌਰਾਨ 2 ਵਾਰ ਬਲਾਕ ਦੀ ਵਧੀਆ ਕਾਰਗੁਜ਼ਾਰੀ ਲਈ ਆਪ ਜੀ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇੱਥੇ ਇਹ ਗੱਲ ਖਾਸ ਜ਼ਿਕਰਯੋਗ ਹੈ ਕਿ ਸਰਦਾਰ ਬਲਵਿੰਦਰ ਸਿੰਘ ਹੁਣਾਂ ਦੇ ਕਾਰਜਕਾਲ ਦੌਰਾਨ ਹੀ ਸਨ 2020 ਦੇ ਸਟੇਟ ਅਵਾਰਡਾਂ ਦੀ ਸੂਚੀ ਵਿੱਚ 2 ਅਵਾਰਡ ਸ਼ਾਕੁਟ 1 ਬਲਾਕ ਦੀ ਝੋਲੀ ਪਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਤੰਜੂ, ਮੀਨਾਕਸ਼ੀ ਅਰੋੜਾ, ਚਰਨਜੀਤ ਸਿੰਘ, ਨਵਰੋਜ਼ ਦੁੱਗਲ, CST ਰਕੇਸ਼ ਚੰਦ, CST ਸੁਰਿੰਦਰ ਵਿਗ, CST ਕਸ਼ਮੀਰ ਸਿੰਘ, CST ਰਕੇਸ਼ ਖਹਿਰਾ, HT ਸੁਧੀਰ ਸ਼ਰਮਾ, BMT ਲਖਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਟੇਕ ਚੰਦ, ਸ਼ੰਕਰ ਲਾਲ, ਰਮਨ ਅਰੋੜਾ, ਭੁਪਿੰਦਰ ਸਿੰਘ, ਜਤਿੰਦਰ ਅਰੋੜਾ, ਤਜਿੰਦਰ ਕੁਮਾਰ ਆਦਿ ਹਾਜ਼ਰ ਸਨ। ਮੈਂ ਬਲਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਪ੍ਰੀਸ਼ਾ ਗੁਰਵਾਲ, ਅੱਜ 30/9/2020 ਨੂੰ ਸੇਵਾ ਮੁਕਤ ਹੋ ਰਿਹਾ। ਸਰਕਾਰ ਦੇ ਜੋ ਐਜੂਕੇਸ਼ਨ ਮਹਿਕਮੇ ਦੇ ਵੱਖ ਵੱਖ ਪ੍ਰੋਗਰਾਮ ਚੱਲ ਰਹੇ ਆ, ਉਹਨਾਂ ਵਿੱਚ ਅਸੀਂ ਆਪਦਾ ਜਿਹੜਾ ਯੋਗਦਾਨ ਪਾਉਂਦੇ ਰਹੇ ਹਾਂ। ਬਲਾਕ ਸ਼ਾਹਗੁਰ ਵਨ ਦੇ ਸਮੂਹ ਅਧਿਆਪਕ ਹਰ ਸਮੇਂ ਮੇਰਾ ਜਿਹੜਾ ਸਾਥ ਦਿੰਦੇ ਰਹੇ ਆ। ਜੇ BPO ਦੇ ਹਾਰਡ ਫੋਨ ਕਰਕੇ ਮੇਰੇ ਕੋਲ ਜਿਹੜਾ 4 ਲੱਖਾਂ ਦਾ ਚਾਰਜ ਸੀ, ਅਸੀਂ ਆਪਦਾ ਇਹ ਕੰਮ ਸੰਦੇਸ਼ ਨਾਲ ਜਿਹੜਾ ਨਿਭਾਇਆ। ਅੱਗੇ ਤੋਂ ਵੀ ਜੋ ਵੀ ਐਜੂਕੇਸ਼ਨ ਮਹਿਕਮੇ ਦੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆਉਣ ਲੱਗੀਆਂ, ਉਹਦੇ ਨਾਲ ਅਧਿਆਪਕਾਂ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਪੰਜਾਬ ਦਰਪਣ ਨਿਊਜ਼ ਲਈ ਸ਼ਾਹਕੋਟ ਤੋਂ ਗੌਤਮਪੁਰੀ ਅਤੇ ਮੌਂਟੀ ਅਰੋੜਾ ਦੀ ਵਿਸ਼ੇਸ਼ ਰਿਪੋਰਟ।